ਅਸਲਾਮ ਵਾਲੇਕੁਮ ਜੀ, ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ। ਅੱਛਾ ਯਾਰ, ਅੱਜ ਜਿਹੜਾ ਨਾ ਸਾਡੇ ਮੁੰਡਿਆਂ ਦਾ ਪਲਾਨ ਬਣਿਆ ਸੀ ਪਿਕਨਿਕ ਸ਼ਿਕਨਿਕ ਦਾ, ਅਤੇ ਕਹਿੰਦੇ ਜੀ ਅੱਜ ਜ਼ਰਾ ਨਿਕਲਣਾ ਬਾਹਰ, ਅਤੇ ਚਲੋ ਟੂਰ ਵਾਸਤੇ ਨਿਕਲੇ ਹਾਂ। ਅੱਜ ਜਿਹੜਾ ਜੀ ਅੱਜ ਸਮਾਨ ਸ਼ਾਨ ਜਿਹੜਾ ਰੈਡੀ ਹੋ ਗਿਆ, ਲੈ ਆਓ ਜੀ। ਬਾਕੀ ਜਿਹੜਾ ਨਾ ਤੁਹਾਡੇ ਨਾਲ ਚੈੱਕ ਕਰਵਾਉਂਦੇ ਹਾਂ ਜੀ, ਅਸੀਂ ਜਾ ਰਹੇ ਹਾਂ ਕਹਿੰਦੇ ਜੀ ਵਿਹਲੇ ਚੱਲ ਕੇ ਸਾਰ ਜੀ ਪਿਕਨਿਕ ਸ਼ਿਕਨਿਕ ਕਰਨੀ ਹੈ। ਮੈਂ ਕਿਹਾ ਚਲੋ ਚੱਲ ਕੇ ਜ਼ਰਾ ਕੋਈ ਮੌਜੂਦਾ ਬਣਾ ਲੈਂਦੇ ਹਾਂ, ਅਤੇ ਬਾਕੀ ਜਨਾਬ ਜਿਹੜਾ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿੱਥੇ ਜਾ ਰਹੇ ਹਾਂ। ਅੱਜ ਦਾ ਜਿਹੜਾ ਵਲੌਗ ਹੈ ਇੰਟਰਸਟਿੰਗ ਹੋਵੇ ਤਾਂ ਇਨਸ਼ਾਅੱਲਾ ਉਮੀਦ ਕਰਾਂਗੇ ਤੁਹਾਨੂੰ ਪਸੰਦ ਆਵੇਗਾ। ਬਾਕੀ ਤੁਹਾਡੇ ਨਾਲ ਗੱਪਸ਼ਪ ਲਾਉਂਦੇ ਹਾਂ ਨਾਲ, ਚਲੋ ਜੀ। ਅੱਛਾ ਜੀ, ਅਸੀਂ ਜਿਹੜਾ ਨਾ ਹੁਣ ਕਿਸ਼ਤੀ ਵਿੱਚ ਮੁੰਡੇ ਦੇ ਰਹੇ ਨੇ, ਲੋਡ ਹੋ ਜਾਣ। ਚਲੋ ਜੀ ਥੱਲੇ ਢਲੋ। ਬਿਲਾਲ ਇੱਧਰ ਰੱਖ ਕੇ ਚੀਜ਼ ਇੱਥੇ ਵਿੱਚ ਖੜੋ ਤੂੰ ਬਈ, ਐਸਨ ਤੂੰ ਵਿੱਚ ਖੜਾ ਹੋ ਨਾ ਅਤੇ ਸਮਾਨ ਲੈਂਦਾ ਜਾ। ਬਿਲਾਲ ਰੁਕ ਜਾ ਇੱਧਰ ਹੀ, ਸਮਾਂ ਲਾਲ। ਚਲੋ ਬਕਰਾਓ ਜੀ, ਯਾਰ ਉੱਥੇ ਕਿੱਥੇ ਇਕੱਠੀਆਂ ਕਰਦੇ ਰਹਾਂਗੇ। ਚਲੋ ਜੀ ਹੁਣ ਸਾਡੀ ਵਾਰੀ ਆ ਗਈ ਜੀ, ਚਲੀਏ ਹੁਣ, ਅਤੇ ਬਾਕੀ ਜਿਹੜਾ ਨਾ ਤੁਹਾਨੂੰ ਉੱਥੇ ਚੱਲ ਕੇ ਵਿਊ ਦਿਖਾਉਂਦੇ ਹਾਂ, ਅਤੇ ਇਨਸ਼ਾਅੱਲਾ ਉਮੀਦ ਕਰਾਂਗੇ ਤੁਹਾਨੂੰ ਇੰਜੋਏ ਕਰੋ ਤੁਸੀਂ। ਚਲੋ ਜੀ ਬਾਕੀ ਚੱਲ ਕੇ ਤੁਹਾਨੂੰ ਜਨਾਬ ਇੰਜੋਏ ਕਰਵਾਉਂਦੇ ਹਾਂ, ਅਤੇ ਇਨਸ਼ਾਅੱਲਾ ਉਮੀਦ ਹੈ ਵੀ ਤੁਸੀਂ ਵੀ ਇੰਜੋਏ ਕਰੋਗੇ ਅਤੇ ਅਸੀਂ ਵੀ ਇੰਜੋਏ ਕਰੀਏ, ਅਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਬਾਕੀ ਪਹੁੰਚ ਕੇ ਇਨਸ਼ਾਅੱਲਾ ਉੱਥੇ। ਹੁਣ ਪਹੁੰਚ ਰੱਖੀਏ ਜੀ ਜਨਾਬ, ਜਿਹੜਾ ਨਾ ਅਸੀਂ ਨਾਰੇ 'ਤੇ ਪਹੁੰਚ ਆਏ ਹਾਂ ਦੂਸਰੇ, ਅਤੇ ਇਹ ਸਾਡਾ ਨਾ ਵਿਹਲਾ ਜਿਹੜਾ ਸਟਾਰਟ ਹੋ ਜਾਂਦਾ, ਹੁਣ ਇੱਧਰ ਉਤਰਾਂਗੇ ਅਸੀਂ, ਅਤੇ ਜਿਹੜਾ ਸਾਡਾ ਅਸੀਂ ਸਮਾਨ ਲੈ ਕੇ ਆਏ ਹਾਂ ਆਪਣੀ ਕੇਕ ਦਾ, ਜਿਹੜਾ ਤੁਹਾਨੂੰ ਇੰਜੋਏ ਵੀ ਕਰਵਾਵਾਂਗੇ ਇਨਸ਼ਾਅੱਲਾ, ਉਮੀਦ ਹੈ ਜੋ ਕੁਛ ਕਰਾਂ ਦੇ ਤੁਹਾਨੂੰ ਨਾਲ ਕੋਸ਼ਿਸ਼ ਕਰਾਂਗੇ ਸਾਰਾ ਤੁਹਾਨੂੰ ਵਿਜ਼ਿਟ ਕਰਵਾਈਏ। ਅੱਛਾ ਜੀ ਹੁਣ ਜਿਹੜਾ ਅਸੀਂ ਚਲੀਏ, ਚਲੋ ਜੀ ਅੱਗੇ ਆਵੋ, ਪਹੁੰਚ ਗਏ ਜੀ ਹੁਣ ਇੱਥੋਂ ਬਾਹਰ ਨਿਕਲੀਏ, ਅਤੇ ਨਾ ਲੈਵਲ ਜਿਹੜਾ ਨਾ ਓਏ ਓਏ ਪੱਥਰ ਹੀ ਯਾਰ ਕੀ ਕਰਦੇ ਹੋ। ਚਲੋ ਜੀ ਸਮਾਨ ਜਿਹੜਾ ਅਸੀਂ ਰਖਵਾਈਏ ਹੁਣ, ਵੇਖੋ ਜੀ ਬਲੇ ਅੱਧ ਰਾਤ ਨੂੰ ਮੈਂ ਵਲੌਗ ਬਣਾ ਛੋੜ ਦੇ, ਜਿਹੜਾ ਨਾ ਹੁਣ ਤੁਹਾਨੂੰ ਅਸੀਂ ਖਾਣੇ ਜੀ ਵਲੌਗ ਨਾਲ ਬਣਾਉਂਦੇ ਹਾਂ। ਇਹ ਜੀ ਅਨਲੋਡਿੰਗ ਹੋ ਰਹੀ ਹੈ ਉੱਥੇ, ਤੁਸੀਂ ਵਿਊ ਦੇਖੋ, ਸੂਰਜ ਦਾ ਵਿਊ ਚੈੱਕ ਕਰੋ, ਬੜਾ ਇੱਕੋ ਹੀ ਨਾ ਖੂਬਸੂਰਤ ਚੈਨਲ ਸਿਸਟਮ ਹੈ ਇੱਥੇ, ਤੁਹਾਨੂੰ ਚੈੱਕ ਕਰਵਾਉਂਦੇ ਇਸ ਤੋਂ ਬਾਅਦ ਨਾ ਸਾਰਾ ਤੁਹਾਨੂੰ ਜਗ੍ਹਾ ਵੀ ਦੱਸਾਂਗੇ ਕਿਹੜੀ ਹੈ, ਕੁਝ ਲੋਕਾਂ ਨੂੰ ਪਤਾ ਹੋਵੇ ਕਿ ਕਿਹੜਾ ਏਰੀਆ ਵਾ, ਅਤੇ ਯਾਰ ਇਹਨਾਂ ਦਾ ਫੋਨ ਨੰਬਰ ਵੀ ਲੈ ਲਓ, ਜਿਸ ਟਾਈਮ ਅਸੀਂ ਫ੍ਰੀ ਹੋਵਾਂਗੇ ਅਤੇ ਇਹਨਾਂ ਨੂੰ ਕਾਲ ਕਰਾਂਗੇ, ਆ ਕੇ ਸਾਨੂੰ ਇੱਥੋਂ ਜਿਹੜਾ ਨਾ ਇੱਥੋਂ ਪਿੱਕ ਕਰ ਲੈਣਗੇ। ਇਹ ਜਿਹੜਾ ਬੜਾ ਖੂਬਸੂਰਤ ਏਰੀਆ ਜੀ ਹੈ, ਮਤਲਬ ਜੀ ਪੁਰਸਕੂਨ ਪੁਰਅਮਨ ਬਿਹਤਰੀਨ ਵਿਊ ਜਿਹੜਾ ਤੁਸੀਂ ਖੁਦ ਅੰਦਾਜ਼ਾ ਲਾ ਲਵੋ ਇਸ ਵਿਊ ਤੋਂ ਕਿ ਕਿੰਨਾ ਮਜ਼ਾ ਇੱਥੇ। ਬਾਕੀ ਜੀ ਚਲੋ ਜੀ ਇੱਥੇ ਅਸੀਂ ਸੈਟਿੰਗ ਬਣਾ ਲਈਏ, ਅਤੇ ਫਿਰ ਤੁਹਾਨੂੰ ਜੀ ਜਿਹੜਾ ਦੱਸਦੇ ਹਾਂ। ਚਲੋ ਜੀ
ਹਾਂਜੀ ਕਿੱਥੇ ਬਹਿਣੇ? ਇੱਥੇ ਦਰਖਤ ਥੱਲੇ ਲਾਓ, ਇੱਧਰ ਆਓ ਇੱਧਰ ਆਓ, ਅੰਦਰ ਹੀ ਇੱਥੇ ਬਹਿ ਜਾਂਦੇ ਹਾਂ। ਬਹੁਤ ਹੀ ਖੂਬਸੂਰਤ ਜਗ੍ਹਾ ਜੀ ਇੱਥੇ ਜਨਾਬ, ਅਸੀਂ ਦਿਖਾਈ। ਬਾਕੀ ਤੁਸੀਂ ਵੇਖੋ ਜੀ ਵਿਊ ਚੈੱਕ ਕਰੋ, ਵਿਊ ਦਾ ਨਜ਼ਾਰਾ ਲਵੋ। ਉਹ ਲੋਕ ਜਿਹੜੇ ਨੇ ਕਾਫੀ ਸਾਰੇ, ਉਸ ਪਾਸੇ ਨਾ ਰਸ਼ ਹੈ ਥੋੜ੍ਹਾ ਜਿਹਾ ਨਾ, ਉੱਥੇ ਸਾਡੀ ਆਵਾਜ਼ ਜਿਹੜੀ ਹੈ ਨਾ ਸਹੀ ਸਮਝ ਨਹੀਂ ਸੀ ਆਉਣੀ, ਅਸੀਂ ਜਗ੍ਹਾ ਉਹ ਚੂਜ਼ ਕੀਤੀ ਹੈ ਜਿੱਥੇ ਰਸ਼ ਨਾ ਹੋਵੇ। ਅਤੇ ਇਹ ਜੀ ਸਾਡਾ ਸਿਸਟਮ ਜਿਹੜਾ ਸੀ, ਥੋੜ੍ਹਾ ਇੱਧਰ ਕਰ ਲਓ, ਇੱਥੋਂ ਪਹਾੜੀ ਹੈ ਬਣੀ ਉੱਪਰ। ਚਲੋ ਜੀ, ਉਹ ਚੁੱਕੋ ਯਾਰ, ਓਏ ਉਹ ਚੁੱਕੋ। ਇਹ ਦੇਖੋ ਜੀ, ਇਹਨਾਂ ਨੇ ਦਹੀਂ ਆਉਂਦੀ ਆ, ਉਹ ਜਦੋਂ ਲਈ ਸੀ ਨਾ ਅਤੇ ਬੰਦਾ ਅੱਗੋਂ ਪੁੱਛਦਾ, ਭਾਈ ਜੀ ਆਪਣੇ ਤਰੋੜਾ ਨਾਲ ਆਉਂਦਾ ਜੇ, ਇਹ ਚਟਨੀ ਲੈ ਜੇ ਬਣਾਉਣ। ਦੇਖੋ ਮਹਾਰਾਜ, ਇਹ ਜਿਹੜਾ ਨਾ ਰਿਜ਼ਕ ਜ਼ਾਇਆ ਨਹੀਂ ਕਰਨਾ ਚਾਹੀਦਾ, ਉਹਨਾਂ ਕੋਲ ਲਵੋ ਜਿੰਨਾ ਕੋਈ ਤੁਹਾਨੂੰ ਜ਼ਰੂਰਤ ਹੈ, ਅਤੇ ਫਾਲਤੂ ਲੈਣ ਦਾ ਫਾਇਦਾ ਕੋਈ ਨਹੀਂ। ਚਲੋ ਜੀ, ਹੁਣ ਬਾਕੀ ਜਿਹੜੀ ਸੈਟਿੰਗ ਸ਼ੈਟਿੰਗ ਕਰਨੇ ਹਾਂ, ਅਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਨਾ ਆਪਣੇ ਨਾਲ ਵਲੌਗ 'ਚ ਲੈਂਦੇ ਹਾਂ। ਅਤੇ ਅੱਛਾ ਜੀ, ਸੈਟਿੰਗ ਸ਼ੈਟਿੰਗ ਕਰ ਲਈਏ ਹੁਣ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਵਲੌਗ ਵਿੱਚ ਲੈਂਦੇ ਹਾਂ ਇੱਥੋਂ। ਅਤੇ ਚਲੋ, ਉਮੀਦ ਕਰਾਂਗੇ ਕਿ ਇਹ ਜਿਹੜਾ ਨਾ ਵਲੌਗ ਤੁਹਾਡੇ ਵਾਸਤੇ ਇੰਟਰਸਟਿੰਗ ਹੋਵੇਗਾ, ਇੰਜੋਏ ਵੀ ਕਰੋਗੇ। ਅਤੇ ਕਾਫੀ ਦਿਨਾਂ ਬਾਅਦ ਵਲੌਗ ਸਾਡਾ ਅਪਲੋਡ ਹੋਇਆ। ਅਸਲ ਵਿੱਚ ਨਾ ਵਲੌਗ ਬਣਦਾ ਜਦੋਂ ਮੁੰਡੇ ਇਕੱਠੇ ਹੋ ਗਏ ਸਾਰੇ, ਅਤੇ ਸਾਰੇ ਇਕੱਠੇ ਹੋਣਗੇ ਤਾਂ ਹੀ ਵਲੌਗ ਦਾ ਮਜ਼ਾ ਆਉਂਦਾ ਹੈ। ਇਕੱਲਿਆਂ ਹੁਣ ਇੱਥੇ ਬੰਦਾ ਕੀ ਵਲੌਗਿੰਗ ਕਰੇ, ਮੈਨੂੰ ਆਪ ਨਹੀਂ ਸਮਝ ਆਉਂਦੀ। ਅੱਜ ਜਿਹੜਾ ਵੈ ਜੁੰਮੇ ਦਾ ਦਿਨ ਸੀ, ਸਾਰੇ ਵਿਹਲੇ ਸੀ, ਅਤੇ ਅਸੀਂ ਕਿਹਾ ਚਲੋ ਅੱਜ ਮੌਜ ਕਰਾਈਏ, ਆਪ ਵੀ ਕਰੀਏ ਅਤੇ ਨਾਲ ਤੁਹਾਨੂੰ ਵੀ ਕਰਾਈਏ। ਬਾਕੀ ਜਿਹੜਾ ਨਾ ਇਹ ਵੇਖੋ, ਮੁੰਡੇ ਆਪ ਹੀ ਸ਼ੁਰੂ ਹੋ ਗਏ ਨੇ। ਠੀਕ ਹੈ ਠੀਕ ਹੈ, ਉਹ ਇੰਜ ਕਰੋ ਬੁਲਾ ਲੈ ਬਣੇ ਨਾ ਜ਼ਰਾ। ਅੱਛਾ ਜੀ, ਅੱਜ ਨਾ ਸਾਰੇ ਮੁੰਡੇ ਜਿਹੜੇ ਨੇ ਟਾਈਮ ਕੱਢ ਕੇ ਅਤੇ ਆ ਤਾਂ ਗਏ ਹਾਂ। ਇੱਧਰ ਇੱਕ ਵਾਰੀ ਵਿਖਾਏ ਜ਼ਰਾ, ਇਹ ਪਿਆਜ਼ ਜਿਹੜੇ ਨੇ ਇੰਨਾ ਪਾਣੀ 'ਚ ਭੁੰਨਣੇ ਨੇ, ਆਇਲ ਸ਼ੈਲੀ ਨਾ ਆਉਂਦਾ ਕੋਈ ਨਹੀਂ ਇਸ ਬੰਦੇ ਨੇ, ਅਤੇ ਹਰ ਸ਼ੈ ਬਾਕੀ ਲੈਣ ਦੀ ਹੈ। ਤੁਸੀਂ ਬਣਾਉਣੀ ਕਿਹਦੇ ਨਾਲ ਹੈ? ਅੱਗੋਂ ਕਹਿੰਦਾ ਜੀ ਮੈਂ ਸੁੱਕੀ ਬਣਾ ਲਾਂਦਾ ਆਂਡੀ। ਉਹ ਕਦੀ ਯਾਰ, ਤੁਸੀਂ ਲੋਕ ਜਿਹੜੇ ਲੋਕ ਨੇ ਨਾ ਸਮਝਦੇ ਨੇ ਵੀ ਆਂਡੀ ਕਿਵੇਂ ਬਣਾਈ ਦੀ ਹੈ, ਮੈਨੂੰ ਇੱਕ ਵਾਰੀ ਦੱਸਿਓ। ਆਇਲ ਤੋਂ ਬਗੈਰ ਬਣ ਜਾਂਦੀ ਹੈ? ਖੁਦਾ ਦਾ ਯਾਰ, ਹੋ ਖਾਓ ਯਾਰ, ਗੱਲ ਕਰਨੇ ਵਾਲੀ ਕਰੋ। ਤੁਸੀਂ ਚੈੱਕ ਕਰਨੀ ਹੈ ਸਿਰਫ ਆਂਡੀ ਤੁਹਾਨੂੰ ਕੈਸੀ ਬਣਾ ਕੇ ਦਿੰਦੇ ਹਾਂ। ਚਲੋ ਜੀ, ਬਾਹਰ ਵਾਲੇ ਹੁਣ ਤੁਸੀਂ ਵੀ ਇੱਥੇ ਹੀ ਹੋ ਅਤੇ ਅਸੀਂ ਵੀ ਇੱਥੇ ਹੀ ਹਾਂ, ਤੁਹਾਨੂੰ ਵਿਖਾਏ ਬਗੈਰ ਅਸੀਂ ਵੀ ਨਾ ਇੱਥੋਂ ਜਾਂਦੇ, ਅਤੇ ਅੱਲਾ ਖੈਰ ਕਰੇ ਫਿਰ, ਜਿਹੜੀ ਰੱਬ ਕਰੇ ਜਿਹੜੇ ਤੱਕਣੇ ਆ ਕੀ ਬਣਦਾ ਹੁਣ। ਚਲੋ ਜੀ, ਪਾਣੀ ਵਿੱਚ ਭਾਈ ਬਣ ਕੇ ਪਾ ਕਰੇ ਸੇ ਪਾ ਕਰੇ ਸੇ ਉਹਲਾ ਚੇਰ ਤਨਾ ਜਰਾ ਲਕਮਾਨ ਲਕਮਾਨ ਮਲੇ ਜੀ ਸੁਣ ਦੇ ਵੇ ਰੱਖੇ ਤੇ ਲਖ ਤੇ ਤੇਰੀ ਮਰਜ਼ੀ ਰੱਖੇ ਤੇ ਲਖ ਤੇ ਤੇਰੀ ਮਰਜ਼ੀ ਮੁਕਾ ਵੀ ਛੋੜੇ ਤੇ ਮਸਲਾ ਕੋਈ ਨਹੀਂ ਦਿਲ ਦੇ ਕਾਗਜ਼ ਤੋਂ ਲਫ਼ਜ਼ ਸੰਗਤ ਮਿਟਾ ਵੀ ਛੋੜੇ ਤੇ ਮਸਲਾ ਵਫਾ ਕਰੇ ਸੇ ਵਫਾ ਕਰੇ ਸਾ ਮੇਰਾ ਬਣਿਓ ਮੈਂ ਤੇਰਾ ਬਣਸਾ ਯਾਦ ਰੱਖੇ ਤੇ ਮਿਹਰਬਾਨੀ ਵਿਸਾਰ ਵੀ ਛੋੜੇ ਤੇ ਮਸਲਾ ਕਿਆ ਬਾਤ ਹੈ ਕਿਆ ਬਾਤ ਹੈ ਵੇਖੋ ਜੀ ਸਾਡੇ ਨਾਲ ਜਿਹੜਾ ਨਾ ਲਾਮਾ ਇਕਬਾਲ ਦਾ ਨਿੱਕਾ ਮੁੰਡਾ ਵੀ ਆਇਆ ਹੈ ਤੁਹਾਨੂੰ ਜਿਹੜਾ ਵੱਖੋ ਵੱਖੇ ਨਾਲ ਨਾ ਇੱਕ ਅੱਧਾ ਸ਼ੇਰ ਮਾਰਦਾ ਰਹੇ ਦਾ ਸੁਣਾਉਂਦਾ ਰਹੇ ਦਾ ਤੁਹਾਨੂੰ ਵੀ ਜਿਹੜਾ ਨਾ ਬੋਰ ਨਹੀਂ ਹੋਣ ਦੇਣ ਅੱਲਾ ਦੇ ਹੁਕਮ ਨਾਲ ਇਹ ਕੰਮ ਦੇ ਹੀ ਹੋਰ ਕਿ ਆਈ ਕੋਈ ਇੱਕ ਤਾਂ ਹੋਰ ਲੋ ਜੀ ਆ ਵੀ ਸੁਣੋ ਸੁਣੋ ਬਦਮਾਸ਼ੀ ਦੀ ਲਾਈਨ ਚ ਆਦਾ ਆਦਾ ਮਸੇ ਛੁੱਟੀ ਹੈ ਜਾਨ ਬਦਮਾਸ਼ੀਆਂ ਤੋਂ ਮਸੇ ਛੁੱਟੀ ਹੈ ਜਾਨ ਬਦਮਾਸ਼ੀਆਂ ਤੋਂ ਫਿਰ ਮਾਹੌਲ ਬਣਾ ਲਈ ਜੰਗਾਂ ਦਾ ਤੇ ਤੇਰੇ ਜ਼ੋਰ ਤੋਂ ਡਾਡਾ ਵਾਕਫ ਆ ਦਿਲ ਜਾਣਦਾ ਤੇਰਿਆ ਸੰਗਾਂ ਦਾ ਤੇ ਆਰਾਮ ਨਾਲ ਵਕਤ ਗੁਜ਼ਾਰ ਪਤਾ ਕੋਈ ਨਹੀਂ ਰੱਬ ਦਿਆ ਰੰਗਾਂ ਦਾ ਸੱਟ ਮਾਰ ਕੇ ਸੀਨਾ ਪਾੜ ਛੋੜ ਦੇਣ ਜਿਸ ਟਾਈਮ ਫਿਰਿਆ ਵੇ ਦਿਮਾਗ ਮਲੰਗਾ ਸ਼ੇਰ ਜਿਹੜੇ ਨੇ ਅੱਗੇ ਵੀ ਸਾਨੂੰ ਕੋਈ ਨਹੀਂ ਸੁਣਾਇਆ ਪਹਿਲੀ ਵਾਰੀ ਪਾ ਸੁਣਾਉਂਦਾ ਕੋਈ ਇੱਕੋ ਦਾ ਹੋਰ ਹੈ ਕਿ ਕੋਈ ਨਾ ਲਓ ਜੀ ਮਨੇ ਜੀ ਅਦੇ ਮੈਨੂੰ ਕੋਈ ਨਹੀਂ ਲੋੜ ਮਸ਼ਹੂਰੀਆਂ ਦੀ ਮੈਨੂੰ ਕੋਈ ਨਹੀਂ ਲੋੜ ਮਸ਼ਹੂਰੀਆਂ ਦੀ ਮੇਰੀ ਆਪਣੀ ਜਾਣ ਪਹਿਚਾਣ
ਤੇ ਮੈਂ ਮਿਹਨਤ ਨਾਲ ਬਣਾਇਆ ਏ, ਮੇਰੇ ਨਾਮ ਦੀ ਬਣ ਗਈ ਸ਼ਾਨ ਹੈ। ਤੇ ਜਿਹੜੇ ਸੋਚਦੇ ਨੇ ਢਹਿ ਪੈ ਸੀ ਤੁਹਾਡਾ ਵਹਿਮ ਗੁਮਾਨ ਹੈ, ਮੇਰੇ ਸਿਰ ਤੇ ਹੱਥ ਮੇਰੇ ਵਾਲਦੈਨ ਦਾ, ਮੈਨੂੰ ਜਾਣ ਦਾ ਕੁੱਲ ਜਾਣ। ਲੋ ਜੀ ਇਹ ਨਾ ਸਾਡੀ ਰੌਣਕ ਜਿਹੜੀ ਹੈ ਨਾ ਇਸੇ ਚੀਜ਼ਾਂ ਨਾਲ, ਮੁੰਡੇ ਜਿਹੜੇ ਨੇ ਇੰਜੋਏ ਕਰਨ ਵਾਲੇ ਵੀ ਹੋਣੇ ਚਾਹੀਦੇ ਨੇ, ਤਾਂ ਹੀ ਥੋੜ੍ਹਾ ਜਿਹਾ ਰੌਣਕ ਲੱਗਦਾ ਵਲੋਗ ਵਿੱਚ। ਇਹ ਕੁਝ ਹੀ ਆਉਂਦਾ, ਸਾਨੂੰ ਦੱਸੋ ਕੋਈ ਹੋਰ ਸ਼ਾਇਦ ਵੀ ਐਡ ਹੁੰਦੀ ਹੈ ਤਾਂ ਅਸੀਂ ਉਹ ਵੀ ਕਰ ਲਾਂਗੇ ਸਾਨੂੰ, ਕਿਉਂਕਿ ਇੰਨੇ ਕੁ ਵਲੋਗ ਬਣਾਉਣਾ ਹੁੰਦੇ ਅਤੇ ਇੰਨੇ ਜੀ ਤੁਹਾਨੂੰ ਰਾਜ਼ੀ ਕਰਾਂਗੇ। ਬਾਕੀ ਜੀ ਜਨਾਬ ਤੁਹਾਨੂੰ ਵਿਖਾਈਏ ਜੀ, ਇਹ ਬਗੈਰ ਉਹਦੇ ਤੋਂ ਕੀ ਕਹਿੰਦੇ ਨੇ ਜੀ ਆਇਲ ਤੋਂ ਕੀ ਪਾਈ ਵੀ ਪੈਪਸੀ ਡਿਊ ਵਾਲੀ। ਲੋ ਜੀ ਇਹ ਡਿਊ ਵਾਲਾ ਸਾਲਣ ਬਣ ਚੱਲਾ ਜੇ, ਇਹ ਵੇਖੋ ਬਾਕੀ ਪੈਪਸੀ ਪਾਈ ਹੈ ਡਿਊ ਪਾਈ। ਅਦਰਕ ਅਦਰਕ ਮਲਾਈ ਜੀ। ਤੁਸੀਂ ਤੁਸੀਂ ਅੰਦਾਜ਼ਾ ਕਰੋ ਸਾਡੇ ਸ਼ੈਫ ਦਾ, ਉਹ ਕੋਈ ਹੋਰ ਪਾਣੀ ਲੱਭਾ ਕੋ ਨਹੀਂ ਉਹਨੇ ਡਿਊਸ, ਉਹ ਕੋਈ ਖੁਦਾ ਦਾ ਹੋਮ ਖਾਓ ਯਾਰ। ਤੁਹਾਨੂੰ ਦੇਖੋ ਸਾਲਣ ਚਾਹੀਦਾ ਉਹ ਯਾਰ, ਸਾਨੂੰ ਸਾਲਣ ਚਾਹੀਦਾ ਕੋਈ ਸਾਨੂੰ ਵੇਖੋ ਹੁਣ ਜਿਹੜੀ ਰੱਬ ਕਰੇ ਬਣਦਾ ਕੀ ਆ ਵੇਖਨੇ ਆ ਹੁਣ। ਹਾਂਜੀ ਆਇਆ ਕੋਈ ਮਲੇ ਜੀ ਆਦੇ ਜੀਮ ਜਿਸ ਦਰਖਤ ਦਾ ਫਲ ਖਾਈਏ। ਅੱਛਾ ਜੀਮ ਜਿਸ ਦਰਖਤ ਦਾ ਫਲ ਖਾਈਏ, ਸੁੱਕ ਵੇ ਜਾਵੇ ਕਟੀਏ ਨਾ, ਜਿਹਨੂੰ ਯਾਰ ਕਵੀਏ ਉਹਦੇ ਨਾਲ ਰਵੀਏ, ਲੋਕੀ ਦੇਣ ਧਾਨੇ ਤੇ ਪਿਛਾ ਹਟੀਏ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਮੁੱਕ ਗਿਆ ਇੰਨਾ ਹੀ ਸੀ, ਕੋਈ ਦੋ ਚਾਰ ਲੈਣਾ ਹੋਰ ਕੋਈ ਨਹੀਂ ਸਰ? ਅੱਛਾ ਜੀ ਇੰਨਾ ਸਾਰਾ ਹੀ ਸੀ ਇਹ ਵੀ। ਬਾਕੀ ਜੀ ਇਹ ਤੁਹਾਨੂੰ ਚੈੱਕ ਕਰੋ ਜੀ, ਇਸ ਟਾਈਮ ਜਿਹੜਾ ਨਾ ਸੂਰਜ ਗੁਰੂ ਬਣੇ ਨੂੰ ਹੈ ਅਤੇ ਮਗਰਬ ਦਾ ਟਾਈਮ ਜਿਹੜਾ ਨੇੜੇ ਪਿਆ ਹੁੰਦਾ, ਆਂਢੀ ਮੁੜਿਆਂ ਚਾੜ ਲਈ ਹੈ ਅਤੇ ਦੁਆ ਕਰੋ ਜੀ ਹੁਣ ਜਿਹੜਾ ਨਾ ਟਾਈਮ ਨਾਲ ਸਾਡਾ ਜਿਹੜਾ ਅਸੀਂ ਵਿਹਲੇ ਹੋ ਜਾਈਏ ਇੱਥੋਂ, ਕਿਉਂਕਿ ਮੱਛੀ ਵਾਲੇ ਜਿਹੜੇ ਕਿਸ਼ਤੀਆਂ ਵਾਲੇ ਨੇ ਨਾ ਉਹ ਇਹ ਵੀ ਉਹਨਾਂ ਦਾ ਵੀ ਟਾਈਮ ਹੁੰਦਾ ਅਤੇ ਆਖਿਆ ਤਾਂ ਸਾਨੂੰ ਉਹਨੇ ਬੜੇ ਇਤਮਾਦ ਨਾਲ, ਇਤਮਾਦ ਵਿੱਚ ਲੈ ਕੇ ਬਈ 7:30 ਤੱਕ ਜਨਾਬ ਤੁਸੀਂ ਰਹੋ ਅਤੇ ਤੁਹਾਨੂੰ ਲੈ ਜਾਵਾਂਗੇ ਆ ਕੇ। ਅਸੀਂ ਜਨਾਬ ਇੱਥੇ ਰੌਣਕ ਲਾ ਲਈ ਹੈ ਅਤੇ ਬਹਿ ਗਏ ਹਾਂ, ਵੇਖੋ ਜਿਹੜੀ ਰੱਬ ਕਰੇ ਤੁਰ ਪਈ ਹੈ ਜੀ। ਇੱਕ ਹੋਰ ਮਛਵਾ ਇੱਥੇ ਆਉਂਦਾ ਅਤੇ ਆਸਤਾ ਆਸਤਾ ਦੇਖੋ ਤੁਹਾਨੂੰ ਜ਼ੂਮ ਕਰਕੇ ਚੈੱਕ ਕਰਵਾਉਂਦੇ ਹਾਂ। ਹੁਣ ਲੋਕ ਜਿਹੜੇ ਨੇ ਇਸ ਟਾਈਮ ਕੁਝ ਵਾਪਸ ਜਾਣ ਲੱਗ ਜਾਂਦੇ ਨੇ ਅਤੇ ਸਾਡੇ ਹਾਰ ਦੇ ਲੋਕ ਜਿਹੜੇ ਨੇ ਉਹ ਇੱਥੇ ਆਉਣ ਲੱਗ ਜਾਂਦੇ ਨੇ, ਕਿਉਂਕਿ ਦਿਨ ਦੇ ਟਾਈਮ ਅਸੀਂ ਆ ਸਕਦੇ ਸਾਂ, ਦਿਨ ਦੇ ਟਾਈਮ ਇਤਨਾ ਕੋਈ ਸੂਰਜ ਤਪ ਰਿਹਾ ਸੀ, ਗਰਮੀ ਇਤਨੀ ਸਾਰੀ ਸੀ ਕਿ ਮੁਸ਼ਕਿਲ ਹੋ ਜਾਣੀ ਸੀ ਆਪਣੀ। ਅਤੇ ਬਾਕੀ ਜਿਹੜਾ ਜੀ ਤੁਹਾਨੂੰ ਅਸੀਂ ਨਾਲ ਨਾਲ ਚੈੱਕ ਕਰਵਾਉਂਦੇ ਹਾਂ ਜੀ। ਹੁਣ ਜਿਹੜੀ ਹੈ ਉਹ ਤੇਰੀ ਵਿਊ ਵਿੱਚ ਸੁੱਕ ਗਈ ਆ, ਔਰ ਪਾ ਦੇ ਤੇ ਅੱਲਾ ਹੈ ਨੀ ਕਰੇ ਜੀ। ਉਹ ਇਹਨਾਂ ਨੂੰ ਆਖਿਆ ਆਪਣੇ ਆਪਣੇ ਅਸੀਂ ਪਿਕਨਿਕ ਵਾਸਤੇ ਵੀ ਸਮਾਨ ਖਰੀਦ ਕੇ ਆਉਂਦਾ ਅਤੇ ਘਰ ਦਾ ਵੀ ਸੀ, ਇਹਨਾਂ ਨਾਲ ਘਰ ਦਾ ਵੀ ਚੁੱਕ ਕੇ ਲੈ ਆਉਂਦਾ ਵੀ ਕੱਲ੍ਹ ਮੁੜਿਆਂ ਦੀ ਕਰਨੀ ਵਾਲੀ ਯਾਰ। ਘਰ ਵਾਲੇ ਹੁਣ ਫੋਨ 'ਤੇ ਕਰਦੇ ਨੇ ਪਿੱਛੋਂ ਮੁੜੋ ਵਾਪਸ ਵੀ, ਤੁਹਾਨੂੰ ਆਖਿਆ ਸੀ ਆਂਢੀ ਝਾੜੀ ਆ, ਉਹਨਾਂ ਨੇ ਵੀ ਆਂਢੀ ਝਾੜੀ ਆ ਅਸਾਂ ਵੀ ਗੱਲ ਹੈ ਕਰਨ। ਚਲੋ ਅਤੇ ਹੁਣ ਉੱਥੋਂ ਜਨਾਬ ਵੱਖਰੀ ਸਾਡੀ ਕਿੱਟ ਵੀ ਲੱਗਦੀ ਹੈ, ਤੁਸੀਂ ਕੰਮ ਕਰਨੇ ਵਾਲੇ ਕਰੋ ਯਾਰ। ਇੱਥੇ ਨਾ ਸੱਟੋ ਦਰਿਆ ਦੇ ਗੰਦੇ ਗੰਦ, ਓਏ ਉੱਥੇ ਵਿੱਚ ਨਾ ਸੱਟ, ਸਾਈਡ ਦੇ ਛਾਪੜ 'ਚ ਪਾ ਜਾਣ ਦੇ, ਮੈਂ ਵਿੱਚ ਜਾਣ ਦੇ ਜਾਣ ਦੇ ਠੀਕ ਕਰਦਾ। ਮੈਂ ਕਿਹਾ ਜਿਹੜਾ ਨਾ ਜੀ, ਅੱਛਾ ਜੀ ਅੱਜ ਨਾ ਇਹਨਾਂ ਚੀਜ਼ਾਂ ਦਾ ਵੀ ਐਕਸਪੀਰੀਅੰਸ ਮੁੜਿਆ ਸਾਨੂੰ ਦੇ ਛੁੜਿਆ, ਅਤੇ ਮੇਰੇ ਹਿਸਾਬ ਨਾਲ ਉਹਨਾਂ ਚੀਜ਼ਾਂ ਦਾ ਐਡਾ ਸਵਾਦ ਨਹੀਂ ਆਉਣਾ ਜਿਹੜਾ ਸਵਾਦ ਤੁਹਾਨੂੰ ਇਸ ਚੀਜ਼ ਦਾ। ਉਮੀਦ ਕਰਾਂਗੇ ਕਿ ਜਿਹੜੇ ਜਿਹੜੇ ਨੇ ਸਾਡਾ ਕੁੱਟਿਆ ਲਸਣ ਅਤੇ ਅਦਰਕ ਜਿਹੜਾ ਨਾ ਪਸੰਦ ਕਰਨ ਦੇ, ਟਮਾਟਰ ਨਹੀਂ ਪਸੰਦ। ਇਹ ਮੈਨੂੰ ਦੱਸਿਓ ਕਿੰਨਾ ਸਾਡਾ ਕੁੱਟਣਾ ਜੇ, ਪੇਸਟ ਬਣਾ ਦਈਏ ਇਸ ਦਾ। ਸਾਰਾ ਪੇਸਟ ਬਣਾਉਣਾ ਠੀਕ ਹੋ।
ਆਂਡੀ ਜਿਹੜੀ ਹੈ ਸਾਡੀ ਜਨਾਬ ਤਿਆਰ ਹੋ ਗਈ ਹੈ ਅਤੇ ਤੁਹਾਨੂੰ ਜਿਹੜਾ ਨਾ ਆਂਡੀ ਚੈੱਕ ਕਰਵਾਉਂਦੇ ਹਾਂ ਅਸੀਂ ਮੁੰਡੇ ਦੀ ਮਿਹਨਤ ਬਗੈਰ ਆਇਲ ਤੋਂ ਜੀ ਮਾਸ਼ਾਅੱਲਾ ਜੀ ਇਹ ਤਾਂ ਹੁਣ ਖਾਂਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿਵੇਂ ਦੀ ਬਣੀ ਹੈ ਉਮੀਦ ਕਰਾਂਗੇ ਜੀ ਟੇਸਟ ਤਾਂ ਹੈ ਮੁੰਡੇ ਦੇ ਹੱਥ ਵਿੱਚ ਲੇਕਿਨ ਹੁਣ ਖਾਣ ਤੋਂ ਬਾਅਦ ਹੀ ਪਤਾ ਚੱਲੇਗਾ ਉਹਦੇ ਨਾਲ ਇਹ ਵੇਖੋ ਜੀ ਵਿਊ ਜਿਹੜਾ ਵਿਊ ਹੈ ਨਾ ਇਹ ਇਸ 'ਤੇ ਖਾਣੇ ਦਾ ਮਜ਼ਾ ਜਿਹੜਾ ਨਾ ਉਹ ਡਬਲ ਕਰ ਛੱਡੇਗਾ ਬਾਕੀ ਜਿਹੜਾ ਨਾ ਤੁਹਾਨੂੰ ਖਾ ਕੇ ਅਤੇ ਉਸ ਤੋਂ ਬਾਅਦ ਜਿਹੜਾ ਨਾ ਤੁਹਾਨੂੰ ਇਨਸ਼ਾਅੱਲਾ ਚੈੱਕ ਕਰਵਾਉਂਦੇ ਹਾਂ ਜੀ ਮੁੰਡਿਆ ਇੱਕ ਜ਼ਰਾ ਸਾਨੂੰ ਨਾ ਖਾਣ ਤੋਂ ਪਹਿਲਾਂ ਇੱਕ ਸ਼ੇਅਰ ਸੁਣਾ ਮਤਲਬ ਜੀ ਆਖਰੀ ਸ਼ੇਅਰ 'ਤੇ ਜਾਂਦੇ ਅੱਧਾ ਲੈ ਫਿਰ ਯਾਰ ਹਵਾਲੇ ਰੱਬ ਦੇ ਲੈ ਫਿਰ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਉਸੇ ਜਿਸ ਦਿਨ ਫੇਰ ਮਿਲਾ ਕਿਆ ਬਾਤ ਹੈ ਜੀ ਹੁਣ ਪਤਾ ਨਹੀਂ ਇੱਥੇ ਸ਼ੇਅਰ ਬਣਦਾ ਸੀ ਕਿ ਨਹੀਂ ਸੀ ਬਣਦਾ ਬਹਰਹਾਲ ਇਸ 'ਤੇ ਵਲੌਗ ਜਿਹੜੀਆਂ ਖਾ ਪੀ ਲਈਏ ਉਸ ਤੋਂ ਬਾਅਦ ਤੁਹਾਡੇ ਨਾਲ ਨਾ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਅਤੇ ਤੁਹਾਡੇ ਨਾਲ ਗੱਪ ਲਾਉਂਦੇ ਹਾਂ ਠੀਕ ਹੈ ਜੀ ਯਾਰ ਅੱਛਾ ਜੀ ਹੁਣ ਜਿਹੜਾ ਸਾਡੀ ਨਾ ਵਾਪਸੀ ਦਾ ਟਾਈਮ ਹੋ ਗਿਆ ਜਿਹੜਾ ਮੁੰਡੇ ਜਿਹੜੇ ਸਾਡੇ ਜੇ ਸਾਰੀ ਤਿਆਰੀ ਸ਼ਿਆਰੀ ਕਰ ਲਈ ਹੈ ਅਤੇ ਕਿਸ਼ਤੀ ਜਿਹੜੀ ਹੈ ਸਾਡੀ ਆ ਗਈ ਹੈ ਦੇਖ ਲਓ ਯਾਰ ਕੋਈ ਚੀਜ਼ ਆਪਣੀ ਰਹਿ ਗਈ ਹੋਵੇ ਤਾਂ ਧਿਆਨ ਮਾਰ ਲਓ ਕਿ ਮੁੜਿਓ ਸ਼ਾਇਦ ਨਾ ਰਹਿ ਜੇ ਆਪਣੇ ਮੋਬਾਈਲ 'ਤੇ ਚੈੱਕ ਕਰ ਲਓ ਹੈਲੋ ਕਿੱਧਰ ਹੈ ਕਿਆ ਬਾਤ ਹੈ ਚਲੋ ਜੀ ਅੱਛਾ ਚੱਲ ਬਈ ਥੱਲਿਓ ਅੱਛਾ ਜੀ ਹੁਣ ਜਿਹੜਾ ਸਾਡੀ ਵਾਰੀ ਆ ਗਈ ਚਲੀਏ ਜੀ ਦਿਖਾਓ ਚਲੋ ਜੀ ਲੋ ਜੀ ਹੁਣ ਸਾਡਾ ਜਿਹੜਾ ਸਫ਼ਰ ਹੈ ਵਾਪਸੀ ਦਾ ਸ਼ੁਰੂ ਹੋਣ ਲੱਗਾ ਜੀ ਭਾਈ ਜਾਨ ਤਿਆਰ ਹੋ ਚਲੋ ਜੀ ਫਿਰ ਯਾਰ ਗਿੱਲੀ ਹੋਈ ਹੈ ਕਿ ਮੈਨੂੰ ਲੱਗ ਰਹੀ ਹੈ ਚਲੋ ਜੀ ਕੋਈ ਨੀ ਹੁਣ ਜਿਹੜਾ ਕੰਮ ਤਰੇਲ ਦਾ ਚੰਗਾ ਟਾਈਮ ਚਲੋ ਜੀ ਬਹਰਹਾਲ ਜੀ ਹੁਣ ਜਿਹੜਾ ਨਾ ਅਸੀਂ ਇੱਥੋਂ ਨਿਕਲ ਗਏ ਹਾਂ ਅਤੇ ਚੱਲ ਕੇ ਬਾਕੀ ਜਿਹੜਾ ਨਾ ਤੁਹਾਨੂੰ ਉੱਥੇ ਪਹੁੰਚ ਚਲੀ ਉਮੀਦ ਕਰਨੇ ਹਾਂ ਜੀ ਜਿਹੜਾ ਅੱਜ ਦਾ ਵਲੌਗ ਹੈ ਨਾ ਤੁਹਾਨੂੰ ਪਸੰਦ ਆਇਆ ਹੋਵੇਗਾ ਕਿਉਂਕਿ ਅੱਜ ਅਸੀਂ ਜਿਹੜਾ ਐਕਟੀਵਿਟੀ ਕੀਤੀਆਂ ਨੇ ਤੁਹਾਡੇ ਨਾਲ ਸਾਰੀ ਸ਼ੇਅਰ ਹੋ ਗਈਆਂ ਨੇ ਅਤੇ ਬਾਕੀ ਚੱਲ ਕੇ ਹੁਣ ਬਵਾਂਗੇ ਨਾ ਤਿਆਰੀ ਹੈ ਅਤੇ ਬਾਕੀ ਤੁਹਾਡੇ ਨਾਲ ਫਿਰ ਗੱਪਸ਼ੱਪ ਲਾਉਂਦੇ ਹਾਂ ਅਗਲੇ ਵਲੌਗ 'ਚ ਮੁਲਾਕਾਤ ਕਰਦੇ ਹਾਂ ਇਸ ਵਲੌਗ ਸਾਨੂੰ ਦਿਓ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਕਿ ਮਾਨਾ